दैनिक सवेरा टीवी देख रहे सारे दर्शकों मेरे वालों यानी कि पूनम वालों प्यार भरी सत श्री अकाल। हुण असीं गल करांगे फिल्म रॉक ऑन बारे। फिल्म नूं डायरेक्ट कीता सुजात सौदागर ने अते प्रोड्यूस कीता फरहान अख्तर अते रितेश सिडवानी ने। ते हुण मैं दसूंगी मूवी रॉक ऑन दी कहानी बारे। एक टैलेंटेड मुंडा अपना गाना रिलीज करन लई फरहान अख्तर कोल आंदा है, पर फरहान बिना सुने उस नूं भेज दिंदा है। ਉਹ ਮੁੰਡੇ ਨੂੰ ਇਹ ਗੱਲ ਇੰਨੀ ਹਰਟ ਹੁੰਦੀ ਹੈ ਕਿ ਉਹ ਸੁਸਾਈਡ ਕਰ ਲੈਂਦਾ ਹੈ। ਜਦੋਂ ਫਰਹਾਨ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਬਹੁਤ ਜ਼ਿਆਦਾ ਅਪਸੈਟ ਹੋ ਜਾਂਦਾ ਹੈ। ਜਬ ਵੀ ਮੈਨੇ ਮਿਊਜ਼ਿਕ ਕੋ ਆਪਣੀ ਜ਼ਿੰਦਗੀ ਕਾ ਮਕਸਦ ਬਣਾਉਣਾ ਚਾਹੇ ਕਿਸੇ ਨਾ ਕਿਸੇ ਕੋ ਚੋਟ ਪਹੁੰਚੀ ਹੈ ਅਤੇ ਉਹ ਗਾਣਾ ਅਤੇ ਮੁੰਬਈ ਸ਼ਹਿਰ ਦੋਨਾਂ ਨੂੰ ਛੱਡ ਕੇ ਮਹਿਗਾਲਿਆ ਸ਼ਿਲੋਂਗ ਚਲਾ ਜਾਂਦਾ ਹੈ। ਔਰ ਉੱਥੇ ਜਾ ਕੇ ਕਿਸਾਨਾਂ ਦੀ ਹੈਲਪ ਕਰਨ ਦੇ ਨਾਲ ਨਾਲ ਖੇਤੀ ਕਰਦਾ। ਉੱਥੋਂ ਦੇ ਕਿਸਾਨਾਂ ਦੀ ਮਦਦ ਲਈ ਇੱਕ ਕੰਸਰਟ ਕਰਦਾ। ਉਸ ਕੰਸਰਟ ਵਿੱਚ ਫਰਹਾਨ ਉਸ ਮੁੰਡੇ ਦੀ ਸਿਸਟਰ ਨਾਲ ਪਰਫਾਰਮ ਕਰਦਾ। ਜਿਸ ਮੁੰਡੇ ਦੀ ਡੈਥ ਹੋ ਚੁੱਕੀ ਹੈ ਅਤੇ ਫਰਹਾਨ ਸੋਚਦਾ ਹੈ ਕਿ ਉਸ ਦੀ ਡੈਥ ਉਹਦੇ ਕਾਰਨ ਹੋਈ ਹੈ। ਇਹ ਹੈ ਮੂਵੀ ਦੀ ਮੋਟੀ ਮੋਟੀ ਕਹਾਣੀ। ਐਕਟਿੰਗ ਦੀ ਗੱਲ ਕਰਾਂ ਤਾਂ ਹਰ ਕਿਰਦਾਰ ਨੇ ਆਪਣੇ ਰੋਲ ਨੂੰ ਬਹੁਤ ਵਧੀਆ ਨਿਭਾਇਆ। ਜਬ ਦੇਖੋ ਮਿਊਜ਼ਿਕ ਬਨਾਤੇ ਯੇ ਥਾ ਤੇਰਾ ਨਯਾ ਮੈਜਿਕ ਦਿਸ ਰਬਿਸ਼। ਮੇਰੀ ਸੰਗੀ ਛੋੜ ਦੇਣੇ ਸਭ ਕੋ ਖੁਸ਼ੀ ਮਿਲੇਗੀ ਬਾਬਾ। ਤੁਮਨੇ ਅੱਜ ਤੱਕ ਉਨਸੇ ਔਰ ਇਸ ਦੁਨੀਆ ਸੇ ਆਪਣਾ ਮਿਊਜ਼ਿਕ ਛੁਪਾਇਆ ਹੈ, ਲੇਕਿਨ ਅਬ ਔਰ ਨਹੀਂ, ਯੇ ਵਕਤ ਤੁਮਹਾਰਾ ਹੈ ਜੀ। ਹਾਂ, ਮੂਵੀ ਦੀ ਕਹਾਣੀ ਮੈਥ ਦੇ ਸਵਾਲ ਵਾਂਗੂ ਇਦਾਂ ਹੈ ਜਿਹਨੂੰ ਸਮਝਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ। ਮੂਵੀ ਤੋਂ ਮੇਘਾਲਿਆ ਅਤੇ ਮੇਘਾਲਿਆ ਤੋਂ ਮੁੰਬਈ ਇੱਦਾਂ ਆਉਣ ਜਾਣ ਲੱਗਾ ਹੈ ਜਿੱਦਾਂ ਮੁੰਬਈ ਸਿਰਫ ਮੇਘਾਲਿਆ ਤੋਂ 2 ਕਿਲੋਮੀਟਰ ਦੂਰ ਹੈ। ਆਟੋ ਫੜਿਆ ਮੁੰਬਈ ਤੋਂ 10 ਰੁਪਏ ਦਿੱਤੇ, ਚੱਲ ਭਾਈ ਮੇਘਾਲਿਆ। ਮੂਵੀ ਦਾ ਸਭ ਤੋਂ ਵੱਡਾ ਮਾਈਨਸ ਪੁਆਇੰਟ ਇਹ ਹੈ ਕਿ ਰੌਕ ਔਨ ਮੂਵੀ ਦੇ ਐਂਡ ਵਿੱਚ ਨਜ਼ਰ ਆਇਆ। ਮੂਵੀ ਦੇ ਕੁਝ ਸੀਨ ਨੇ ਜਿਹੜੇ ਤੁਹਾਨੂੰ ਵਧੀਆ ਲੱਗਣਗੇ, ਇਸ ਲਈ ਦੈਨਿਕ ਸਵੇਰਾ ਫਿਲਮ ਨੂੰ ਦਿੰਦਾ ਹੈ 5 ਵਿੱਚੋਂ 2 ਸਟਾਰ।